ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਤੇ ਅੱਜ ਆਪਾਂ ਪਹੁੰਚੇ ਹੋਏ ਆ ਭਰਾ ਮੇਰੇ ਤਲਵੰਡੀ ਸਾਬੋ ਸਰ। ਮੈਂ ਮੰਡੀ ਚ ਵੀਡੀਓ ਬਣਾਉਣਾ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਹੈ ਤੇ ਬਾਈ ਹੋਰਾਂ ਤੁਹਾਡੀ ਕਰਾਉਂਦੇ ਆ ਗੱਲਬਾਤ। ਤੇ ਤਲਵੰਡੀ ਸਾਬੋ ਆ, ਹਰ ਬੁੱਧਵਾਰ ਮੇਲਾ ਲੱਗਦਾ ਤਲਵੰਡੀ ਸਾਬੋ, ਤੇ ਸ਼ਰਮੇ ਹੋਰੀ ਕੜੇ ਕਹੀ ਖੜੇ ਆ ਤੇ ਕਰਾਉਂਦੇ ਆ ਸ਼ਰਮੇ ਨਾਲ ਗੱਲ। ਹੋਰ ਸ਼ਰਮਾ ਜੀ ਕੀ ਹਾਲ ਹੈ? ਵਧੀਆ ਬਾਈ, ਹੋਰ ਠੀਕ ਹੋ? ਓਕੇ ਜਮਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਠੀਕ ਠਾਕ ਹੋ? ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਰੱਖੇ ਤੁਹਾਨੂੰ। ਤੇ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਆ ਬਾਈ, ਤੇ ਦੋ ਟਰੈਕਟਰ ਦਾ ਬਾਈ ਦੇ ਆ, ਤੇ ਬਾਕੀ ਟਰੈਕਟਰ ਬਾਈ ਕੁਲਵਿੰਦਰ ਦੇ ਮਲੋਟ ਵਾਲੇ ਦੇ ਹੋਣਗੇ। ਰਾਜਾ ਮੁੰਡਾ ਜਿਹੜਾ ਬੇਅੰਤ ਆ, ਆਪਣਾ ਦੋਸਤ ਆ, ਭਰਾ ਤੇ ਵੀ ਆਪਣਾ ਹੀ ਆ, ਤੇ ਕੋਸ਼ਿਸ਼ ਕਰਾਂਗੇ ਜਾਇਜ਼ ਜੇ ਰੇਟ ਦੱਸਣ ਦੀ। ਠੀਕ ਹੈ ਗੱਲ, ਜਿਨ੍ਹਾਂ ਨੇ ਮਾੜਾ ਕਮੈਂਟ ਕਰਨਾ ਕਰ ਲਿਆ ਕਰੋ। ਅਗਲੀ ਵੀਡੀਓ ਚ ਮੈਂ ਨਾਂ ਦੱਸੂ ਇੱਕ ਬੰਦੇ ਦਾ, ਪੁੱਛਾਂਗੇ ਆਪਾਂ ਕਿ ਤਕਲੀਫ ਕੀ ਹੈ ਤੇਰੀ। ਠੀਕ ਹੈ ਨਾ ਗੱਲ, ਸਹੀ ਗੱਲ, ਜੇ ਕੋਈ ਗੱਲਬਾਤ ਹੈ ਤਲਵੰਡੀ ਆ ਜਾ। ਸਭ ਤੋਂ ਪਹਿਲਾਂ ਬਾਈ ਜੀ 855 2012 ਮਾਡਲ ਆ, ਪੰਜਾਬ ਨੰਬਰ ਆ, ਲੋਨ ਫੈਂਸ ਹੋ ਜੂਗਾ, ਪੁਰਾਣਾ ਕੱਟਿਆ ਜੀ। ਠੀਕ ਹੈ, ਟਾਇਰ ਹੈਗੇ ਬਾਈ ਪਿਛਲੇ 80-85 ਪੈਸੇ ਹੈਗੇ ਆ, ਡੰਡਾ ਪੱਟੀ ਛਤਰੀ ਸਭ ਕੁਛ ਨਾਲ ਆ, ਸਾਰਾ ਰੀਜਨ ਵਾਲਾ ਟਰੈਕਟਰ, ਸੋਹਣਾ ਬਹੁਤ ਆ ਬਾਈ। ਗੇਅਰ ਇੰਜਨ ਦਾ ਕਿਵੇਂ ਆ ਬਾਈ ਦਾ? ਓਕੇ ਨਾ। ਅੱਛਾ, 4,30,000 ਡਿਮਾਂਡ ਆ, 30 ਤਾਂ ਡਾਈ ਦੇ ਯਾਰ। ਵੀਡੀਓ ਬਣੀ ਜਾਂਦੀ ਆ, 4,00,000 ਦਾ ਦੇਣਾ, ਬਾਕੀ ਮੌਕੇ ਤੇ ਕਰ ਲਾਂਗੇ ਬਾਈ। 3,90,000 ਰੁਪਏ ਦਾ ਲੈ ਜੀ, 3,90,000 ਦਾ ਟਰੈਕਟਰ ਲੈ ਜੀ। 3,00,000 ਉਸ ਤੋਂ ਬਾਅਦ ਇੱਥੇ ਆ ਗਿਆ ਬਾਈ ਜੀ, ਚੌਂਕੜਾ ਨਵਾਂ, ਪਿਛਲੇ ਟਾਇਰਾਂ ਦੇ ਬਿੱਲ ਮਿਲ ਜਾਣਗੇ ਬਾਈ। ਮੂਹਰਲੇ ਹੈਗੇ 85 ਪੈਸੇ ਟਾਇਰ, ਪੰਜਾਬ ਨੰਬਰ ਦਾ PV22, ਲੋਨ ਫੈਂਸ ਤੇ ਬਾਈ ਹੋ ਜੂਗਾ, ਪੁਰਾਣਾ ਚ ਕੱਟਿਆ ਜਾਊਗਾ, ਡੰਡਾ ਫੱਟੀ ਹੈਗੀ ਆ, ਛਤਰੀ ਹੈ ਨੀ। ਠੀਕ ਹੈ, ਸਾਰਾ ਰੀਜਨ ਵਾਲਾ ਕੋਕਾ ਪੀਸਾ, ਗੇਅਰ ਇੰਜਨ ਦਾ ਰੁਪਈਏ ਦਾ ਰੁਪਈਆ ਚਲਾ ਕੇ ਬਾਅਦ ਤੁਹਾਡੀ ਕਰਕੇ ਲੈ। ਠੀਕ ਹੈ, 3,00,000 ਤੇ 60,000 ਲਿਖੀ ਬੈਠਾ, ਕਿੰਨੇ ਪੈਸੇ ਦਾ ਬਾਈ? 3,00,000 ਤੇ 35-40,000 ਇਹ ਕੀ ਹੈ ਲੋਈ ਭੈਣ ਜੋ, 35-40,000 ਇੱਕ ਗੱਲ ਕਰਨਾ ਤੂੰ ਮੇਰੇ ਨਾਲ, 40,000 ਬਾਈ ਜਾ ਪਰੇ, 30,000 ਦਾ ਟਰੈਕਟਰ ਲੈ ਜਾਓ ਬਾਈ। ਠੀਕ ਹੈ ਗੱਲ, 30 ਦਾ, 30,000 ਦਾ ਲੈ ਜਾਓ, 30 ਦਾ, 3,30,000 ਦਾ ਭਰਾਵਾ ਮਾਰੇ ਨਾ ਤੂੰ, ਜਮੀ ਆਸ਼ਾ ਨਹੀਂ ਹੈਗਾ। ਮੈਂ 10 ਮਿੰਟ ਨੂੰ ਫੋਨ ਕਰੋ ਵੀਰੇ ਬਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਬਾਈ? ਕੁਲਵਿੰਦਰ ਬਾਈ, ਆਪਣਾ ਦੋਸਤ ਕੁਲਵਿੰਦਰ ਮਲੋਟ ਵਾਲੇ ਭਰਾ ਆਪਣਾ, ਤੇ ਇਹਦੇ ਟਰੈਕਟਰ ਕੱਢਾਂਗਾ 25 ਆਪਾਂ ਬਾਈ, ਕਦੋਂ ਕੱਢੇਗਾ? ਪੰਜਾਬ ਨੰਬਰ, ਮੋਗਾ ਨੰਬਰ ਆ, ਪੰਜਾਬ ਮੋਗਾ, 275 ਰੇਟ ਆ, ਕਿੰਨੇ ਦਾ ਵੀਰੇ? 2,50,000 ਦਾ ਦੇ ਦੇਣੀ, ਸਹੀ ਬੋਲੇ ਰੇਟ ਕਹੂੰਗਾ ਬਾਈ ਤੁਹਾਨੂੰ ਸ਼ਰਮਾ ਜੀ, ਸਹੀ ਬੋਲੇ ਆ, ਰੇਟ ਕਹੂੰਗਾ।
ਕਿਸੇ ਨਾਲ ਮਰੀ ਪੈਸੇ ਲਾ ਕੇ ਲਿਆ ਵੀਹ ਮਾਡਲ ਆਈ ਹੈ ਸਾਰਾ ਕੁਛ ਚੱਲਦਾ ਜੀ ਡੈਕ ਡੁੱਕ ਐਂਪੋਂ ਕੁਛ ਹਾਂ ਨਾਲ ਦੇ ਨਾਲ ਦੇ ਨਾਲ ਦੇ ਸੱਤ ਅੱਠ ਸੌ ਘੰਟਾ ਚੱਲਿਆ ਹੈ ਨਹੀਂ ਜੀ ਨਹੀਂ ਵੱਡੇ ਵੱਡੇ ਗੇਅਰ ਵਾਲਾ ਫੋਰ ਸਪੀਡ ਹੈ ਜੇ ਕਿਸੇ ਨੇ ਲੈਣਾ ਹੋਇਆ ਦੱਸ ਦਿਓ ਲਾਸਟ ਤੇ ਨੰਬਰ ਵੀ ਦਊਗਾ ਤੇ ਸਕਰੀਨ ਤੇ ਵੀ ਚੱਲੀ ਜਾਂਦਾ ਬਾਈ ਮੇਰਾ ਕਿੰਨੇ ਦਾ ਬਾਈ ਸਵਾ 3 ਲੱਖ ਰੇਟ ਹੋ ਗਿਆ 5 ਲੱਖ ਕਿੰਨੇ ਦਾ ਪੂਰੇ 6 ਲੱਖ ਦਾ ਜੀ 5 ਲੱਖ 90 ਹਜ਼ਾਰ ਬਾਈ ਹੁਣ ਨਾ ਕੁਲਵਿੰਦਰ ਇਹਨਾਂ ਦਾ ਨਹੀਂ ਬਾਈ ਨਹੀਂ ਤਾਂ ਕਈ ਟ੍ਰੈਕਟਰ ਵੀ ਵੇਖ ਪਾਣਾ ਤਾਂ ਮੈਂ ਪਾਉਂ ਟ੍ਰੈਕਟਰ ਵੀ ਵੇਖ ਖੁਸ਼ੀ ਹੋ ਜਾਏ ਟ੍ਰੈਕਟਰ ਵੀ ਵੇਖ 5 ਲੱਖ ਨਾ ਮਾਡਲ ਹੀ ਕੱਲਾ ਵੀ ਹੈ ਨਹੀਂ 96 ਕਹਿੰਦੇ 96 6 ਲੱਖ ਦਾ 6 ਤੋਂ ਮਾਨਤਾਨ ਕਰਦੇ ਆ ਬਾਈ ਜੀ ਮਾਨਤਾਨ ਕਰਦੇ ਆ ਆਪਾਂ ਸਾਰੇ ਬੰਦੇ ਦਾ ਚਲ 95000 ਰੁਪਏ ਦੇ ਯਾਰ ਚਲ ਬਾਈ ਯਾਰ ਹੀ ਹੈ ਤੇਰੇ ਨਾਲ ਸਾਢੇ 7 ਲੱਖ ਦਾ ਨਹੀਂ 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 ਜੀ ਖਰੀਦ ਵੀ ਨਹੀਂ ਏਦਾਂ ਬਸ ਮਾਨ ਤਾਂ 5000 45000 ਆਪਣੇ ਤੋਂ ਲਿਜਾ ਕੇ ਲਾਂਭਾ ਨੀ ਆਉਂਦਾ ਨਵਾਂ ਤਾਂ ਨਵਾਂ ਘੰਟੇ ਚੱਲਿਆ
ਨਾ ਟਰੈਕਟਰ ਦੇ ਮਗਰ ਗੱਡੀ ਆ ਨਾ ਟਰੈਕਟਰ ਮਗਰ ਟਰਾਲੀ ਪਾਈ ਆ ਨਾ ਹਲ ਪਾਈ ਆ ਕਿ ਕੀ ਟਰੈਕਟਰ ਦੇ ਮਗਰ ਨਹੀਂ ਪਾਇਆ ਹਾਂਜੀ ਹਾਂਜੀ ਸਵਾ ਤਿੰਨ ਲੱਖ ਦਾ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਣਾ ਬਾਈ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਮੈਂ ਇੰਨੇ ਦਾ ਕੋਈ ਟਰੈਕਟਰ ਦੇ ਦੇ ਤਾਂ ਲੈ ਵੀ ਲਵਾਂ ਠੀਕ ਹੈ ਗੱਲ ਬਾਈ ਆਹ ਕੰਡੀਸ਼ਨ ਹੋਵੇ ਹਾਰ ਪਾ ਕੇ ਲੈ ਜਾਓ ਤਿੰਨ ਲੱਖ ਪੂਰੇ 3 ਲੱਖ ਦਾ ਲੋਨ ਹੋ ਜੂਗਾ 3,10,000 ਦਾ ਵੀ ਹੋ ਸਕਦਾ 3,00,000 ਦਾ ਤਾਂ ਵੱਟ ਦੇ ਪਏ ਠੀਕ ਹੈ ਗੱਲ ਇੱਕੋ ਹੀ ਰੇਟ ਕਹੂੰਗਾ ਜਿਸ ਜਾਂ ਨੋ ਇੱਦੂ ਪੈਸਾ ਨਹੀਂ ਘੱਟੀ 3,00,000 ਤੇ 20,000 ਦਾ ਟਰੈਕਟਰ ਲੈ ਜਾਓ ਤੇਲ ਬ੍ਰੇਕਾਂ ਟਰੈਕਟਰ ਆ ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਦਾ ਕੋਪਰ ਪਲੱਸ ਦਾ ਜਿਹੜਾ ਪਾਵਰ ਸਟੀਅਰਿੰਗ ਠੀਕ ਹੈ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਤੇ ਇਹਨੂੰ ਕਰ ਲਓ ਫੋਲੋ ਕਰਮਾ ਤਲਵੰਡੀ ਦਾ ਬੋਆ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ।